ਕੱਲ੍ਹ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਦੁਨੀਆ ਦੀ ਹਰ ਖਬਰ ਮਿੰਟਾਂ ਵਿੱਚ ਇੱਕ ਪਾਸੇ ਤੋਂ ਦੂਜੇ ਪਾਸੇ ਪਹੁੰਚ ਜਾਂਦੀ ਹੈ। ਇਸੇ ਲਈ ਕਈ ਵਾਰ ਚੈਨਲਾਂ ਨੂੰ ਹਰ ਖਬਰ ਸਭ ਤੋਂ ਪਹਿਲਾਂ ਪਹੁੰਚਾਉਣ ਦੀ ਇੰਨੀ ਕੁ ਕਾਹਲੀ ਹੁੰਦੀ ਹੈ ਕਿ ਉਹ ਇਹ ਵੀ ਨਹੀਂ ਦੇਖਦੇ ਕਿ ਖਬਰ ਸਹੀ ਵੀ ਹੈ ਜਾਂ ਨਹੀਂ। ਇਸੇ ਤਰ੍ਹਾਂ ਦੀ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਨਵੀਂ ਪੀੜ੍ਹੀ ਦੇ ਮਸ਼ਹੂਰ ਗਾਇਕ ਨਿੰਜਾ ਦੀ। ਕੁਝ ਦਿਨ ਪਹਿਲਾਂ ਨਿੰਜਾ ਨੇ ਇੱਕ ਦਰਗਾਹ 'ਤੇ ਸ਼ੋਅ ਲਗਾਇਆ ਜਿੱਥੇ ਕਿ ਉਹਨਾਂ ਹੱਦ ਤੋਂ ਜ਼ਿਆਦਾ ਗਰਮੀ ਵਿੱਚ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਗਰਮੀ ਜ਼ਿਆਦਾ ਹੋਣ ਕਾਰਨ ਉਹਨਾਂ ਦੇ ਕੱਪੜੇ ਸਾਰੇ ਪਸੀਨੇ ਨਾਲ ਭਿੱਜ ਗਏ ਅਤੇ ਸ਼ੋਅ ਤੋਂ ਬਾਅਦ ਜਦੋਂ ਉਹ ਥੱਕੇ ਹੋਏ ਸਟੇਜ ਤੋਂ ਪਸੀਨੇ ਨਾਲ ਭਿੱਜੇ ਉਤਰੇ ਤਾਂ ਕਿਸੇ ਨੇ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਝੂਠੀ ਖਬਰ ਨੈੱਟ 'ਤੇ ਫੈਲਾ ਦਿੱਤੀ ਕਿ ਨਿੰਜਾ ਦੀ ਇੱਕ ਸ਼ੋਅ ਵਿਖੇ ਲੜਾਈ ਹੋ ਗਈ ਜਿੱਥੇ ਕਿ ਉਹਨਾਂ ਨੂੰ ਲੋਕਾਂ ਵੱਲੋਂ ਕੁੱਟਿਆ ਮਾਰਿਆ ਗਿਆ। ਫੋਟੋ ਵਿੱਚ ਨਿੰਜਾ ਨੂੰ ਉੱਥੋਂ ਦੀ ਸਿਕਿਉਰਿਟੀ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਉਹਨਾਂ ਨੂੰ ਗੱਡੀ ਤੱਕ ਛੱਡਣ ਜਾ ਰਹੇ ਹਨ, ਪਰ ਪੁਲਿਸ ਅਤੇ ਉਹਨਾਂ ਦੇ ਫੈਨਸ ਨੂੰ ਇਹਨਾਂ ਫੋਟੋਆਂ ਵਿੱਚ ਇਸ ਤਰ੍ਹਾਂ ਦਿਖਾਇਆ ਗਿਆ ਕਿ ਦੇਖਣ ਵਾਲੇ ਨੂੰ ਇਸ ਤਰ੍ਹਾਂ ਜਾਪੇ ਕਿ ਵਾਕਈ ਹੀ ਨਿੰਜੇ ਦੀ ਲੜਾਈ ਹੋਈ ਹੋਵੇ। ਇਹ ਖਬਰ ਇੰਨੀ ਕੁ ਵਾਇਰਲ ਹੋ ਗਈ ਕਿ ਟੀਵੀ ਚੈਨਲ ਅਤੇ ਅਖਬਾਰਾਂ ਵਿੱਚ ਵੀ ਦਿਖਾਈ ਗਈ। ਇਹ ਸਭ ਦੇਖ ਕੇ ਨਿੰਜਾ ਨੇ ਆਪਣੇ ਫੈਨ ਪੇਜ 'ਤੇ ਬਹੁਤ ਨਿਰਾਸ਼ਾਜਨਕ ਹੋ ਕੇ ਸ਼ੋਅ ਦੀਆਂ ਅਸਲ ਤਸਵੀਰਾਂ ਪਾਈਆਂ ਜਿਸ ਵਿੱਚ ਉਹਨਾਂ ਉੱਥੋਂ ਦਾ ਅਸਲ ਮਾਹੌਲ ਦਿਖਾਇਆ। ਇਹਨਾਂ ਫੋਟੋਆਂ ਨੂੰ ਦੇਖਣ ਤੋਂ ਬਾਅਦ ਨਿੰਜਾ ਨੇ ਇੱਕ ਵੀਡੀਓ ਵੀ ਆਪਣੇ ਫੈਨ ਪੇਜ 'ਤੇ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਸਾਰੀ ਗੱਲ ਕਲੀਅਰ ਵੀ ਕੀਤੀ। ਕੀ ਕਹਿ ਰਹੇ ਹਨ ਨਿੰਜਾ ਇਸ ਵੀਡੀਓ ਵਿੱਚ, ਆਓ ਦੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਅਤੇ ਅਨਕੰਡੀਸ਼ਨਲ ਸਪੋਰਟ ਜਿਹੜੀ ਤੁਸੀਂ ਕੀਤੀ ਆ ਉਹ ਲਾਜਵਾਬ ਆ ਜੀ, ਅਤੇ ਮੈਂ ਤੁਹਾਡਾ ਕਦੀ ਵੀ ਦੇਣਾ ਨਹੀਂ ਦੇ ਸਕਦਾ ਆਪਣੇ ਫੈਨਸ ਆ। ਅਤੇ ਇੱਕ ਗੱਲ ਹੋਰ ਬਹੁਤ ਜ਼ਰੂਰੀ ਮੈਂ ਕਰਨੀ ਸੀ, ਅੱਜ ਸਵੇਰ ਤੋਂ ਕੁਛ ਫੋਟੋਆਂ ਅਪਲੋਡ ਹੋ ਰਹੀਆਂ ਨੇ ਫੇਸਬੁੱਕ ਅਤੇ ਵਟਸਐਪ 'ਤੇ ਵੀ ਨਿੰਜੇ ਦੀ ਲੜਾਈ ਹੋ ਗਈ, ਵਟ ਐਵਰ ਜੋ ਵੀ ਅਪਡੇਟ ਹੋ ਰਿਹਾ ਵਾ, ਅਤੇ ਇੱਦਾਂ ਦਾ ਕੁਛ ਨਹੀਂ ਹੈਗਾ। ਉਹ ਸਿਰਫ ਮੇਲੇ ਦੀਆਂ ਪਿਕਸ ਸੀਗੀਆਂ ਜਿਹੜੀਆਂ ਅਸੀਂ ਮੇਲਾ ਕਰਕੇ ਜਦੋਂ ਅਸੀਂ ਨਿਕਲੇ ਹਾਂ ਉੱਥੋਂ, ਅਤੇ ਸਾਡੀ ਜਿਹੜੀ ਸਿਕਿਉਰਿਟੀ ਆ, ਜਿਹੜੀ ਸਾਡੇ ਮੁੰਡੇ ਨੇ ਉਹ ਮੈਨੂੰ ਗੱਡੀ ਤੱਕ ਲਿਜਾਉਂਦੇ ਨੇ ਜੇ ਉਹ ਜਿਹੜਾ ਉਹ ਪੈਂਡਾ ਜਿਹੜਾ ਅਸੀਂ ਉੱਥੇ ਤੱਕ ਤੈਅ ਕੀਤਾ ਉਹ ਨਜਾਇਜ਼ ਫੋਟੋਆਂ ਖਿੱਚ ਕੇ ਸਾਨੂੰ ਵਾਇਰਲ ਕੀਤੀਆਂ ਹੋਈਆਂ ਨੇ। ਅਤੇ ਤੁਸੀਂ ਇੱਦਾਂ ਦੀ ਕਿਸੇ ਵੀ ਅਫਵਾਹ 'ਤੇ ਧਿਆਨ ਨਾ ਦੇਵੋ ਅਤੇ ਬਸ ਸਪੋਰਟ ਕਰਦੇ ਹੋ, ਪਿਆਰ ਕਰਦੇ ਹੋ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਅਤੇ ਮੇਰੇ ਫੈਨਸ ਨੂੰ ਬਸ ਇਹੀ ਮੈਂ ਦੱਸਣਾ ਸੀਗਾ। ਤੁਹਾਡਾ ਨਿੰਜਾ ਬਿਲਕੁਲ ਸੇਫ ਆ ਅਤੇ ਕੋਈ ਇੱਦਾਂ ਦਾ ਕੁਛ ਨਹੀਂ ਹੋਇਆ, ਅਤੇ ਰੱਬ ਨਾ ਹੀ ਕਰੇ ਕਦੀ ਇੱਦਾਂ ਤੁਹਾਡੇ ਭਰਾ ਨਾਲ। ਨਿੰਜੇ ਦੀ ਇਹ ਵੀਡੀਓ ਦੇਖ ਕੇ ਅਸੀਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਚੈਨਲਾਂ ਅਤੇ ਅਖਬਾਰਾਂ ਵਾਲਿਆਂ ਨੂੰ ਪੂਰੀ ਗੱਲ ਜਾਣਨ ਤੋਂ ਬਾਅਦ ਹੀ ਕੋਈ ਐਕਸ਼ਨ ਲੈਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਦੀ ਇੱਕ ਗਲਤ ਖਬਰ ਇੱਕ ਕਲਾਕਾਰ ਦੇ ਕਰੀਅਰ 'ਤੇ ਬਹੁਤ ਬੁਰਾ ਅਸਰ ਪਾਉਂਦੀ ਹੈ ਅਤੇ ਲੋਕਾਂ ਨੂੰ ਵੀ ਕਲਾਕਾਰ ਦੀ ਮਿਹਨਤ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਗਲਤ ਫੋਟੋਆਂ ਖਿੱਚ ਕੇ ਲੋਕਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀ ਇੱਕ ਛੋਟੀ ਜਿਹੀ ਗਲਤੀ ਕੱਲ੍ਹ ਨੂੰ ਕੀ ਕਰ ਸਕਦੀ ਹੈ। ਆਮ ਤੌਰ 'ਤੇ ਇਹ ਕਈ ਵਾਰ ਪੰਜਾਬ ਦੇ ਹੋਰ ਵੱਡੇ ਗਾਇਕਾਂ ਨਾਲ ਵੀ ਹੋਇਆ ਕਿ ਉਹਨਾਂ ਦੀ ਕੋਈ ਕੀਤੀ ਛੋਟੀ ਜਿਹੀ ਆਮ ਗੱਲ ਵੀ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰਕੇ ਉਹਨਾਂ ਨੂੰ ਵੱਡਾ ਮੁੱਦਾ ਬਣਾ ਦਿੱਤਾ ਜਾਂਦਾ। ਸੋ ਅਸੀਂ ਆਮ ਲੋਕਾਂ ਨੂੰ ਵੀ ਇਸ ਵੀਡੀਓ ਰਾਹੀਂ ਅਪੀਲ ਕਰਦੇ ਹਾਂ ਕਿ ਸਾਨੂੰ ਕੁਝ ਵੀ ਕਰਨ ਤੋਂ ਪਹਿਲਾਂ ਉਸਦਾ ਫਾਇਦਾ ਅਤੇ ਨੁਕਸਾਨ ਜ਼ਰੂਰ ਦੇਖ ਲੈਣਾ ਚਾਹੀਦਾ ਹੈ, ਕਿਉਂਕਿ ਅਣਜਾਣੇ 'ਚ ਕੀਤੀ ਸਾਡੀ ਛੋਟੀ ਜਿਹੀ ਗਲਤੀ ਕਈ ਵਾਰ ਕਿਸੇ ਦੂਸਰੇ ਦੇ ਭਵਿੱਖ ਲਈ ਬੁਰੀ ਬਣ ਜਾਂਦੀ ਹੈ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ।